महाशिवरात्रि के उपलक्ष्य में एमएनके ट्रांसपोर्ट कंपनी की ओर से नई दाना मंडी जालंधर में विशाल लंगर का आयोजन किया गया, जिसमें दैनिक सवेरा के मुख्य संपादक शीतल विज ने विशेष रूप से उपस्थित होकर लंगर में सेवा कर भोले बाबा का आशीर्वाद प्राप्त किया। इस अवसर पर एमएनके ट्रांसपोर्ट कंपनी के मालिक इंद्रजीत अरोड़ा, मुकेश अरोड़ा, नीलेश अरोड़ा, पलवित अरोड़ा, दित्वी अरोड़ा, क्यान अरोड़ा, मधु अरोड़ा, सावंती अरोड़ा, चारू अरोड़ा और नई दाना मंडी के प्रधान कुकू व धार्मिक एवं सामाजिक व्यक्ति उपस्थित रहे। जालंधर से हलचल के लिए कैमरामैन रजनीश शर्मा और सुदेश भगत की रिपोर्ट। दाना मंडी दे विच एमएनके ट्रांसपोर्ट वालों जिहड़ा कि सालाना पंजवां भंडारा चल रहा है, एंटीक्विटी सोसायटी के चेयरमैन साहब, एंटीक्विटी सोसायटी के प्रधान और पदाधिकारी ਜਿਹੜੇ ਕਿ ਐਮ ਐਨ ਕੇ ਟਰਾਂਸਪੋਰਟ ਆਫਿਸ ਦੇ ਵਿੱਚ ਲੰਗਰ ਵਿਤਰਨ ਕਰਨ ਲਈ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਅਤੇ ਸਾਡੇ ਮੰਡੀ ਦੇ ਕੁੱਕੂ ਪ੍ਰਧਾਨ ਜੀ ਉਹ ਵੀ ਇੱਥੇ ਆਏ ਨੇ ਕਿਉਂਕਿ ਐਮ ਐਨ ਕੇ ਨੂੰ ਆਸ਼ੀਰਵਾਦ ਦੇਣ ਲਈ, ਔਰ ਸਾਡੇ ਸਮੂਹ ਸਾਥੀ ਰਾਜੂ ਜੀ ਪ੍ਰੋਪਰਟੀ ਡੀਲਰ ਤੋਂ, ਸ਼ਰਮਾ ਜੀ ਰੂਟ ਵਾਲੇ, ਵਿਜੇ ਸੇਠੀ ਜੀ, ਕਾਜਲ ਜੀ ਅਤੇ ਹੋਰ ਅਸ਼ਵਨੀ ਸ਼ਰਮਾ ਟੀਟੂ ਜੀ ਅਤੇ ਸੰਨੀ ਜੀ ਜਿਹੜੇ ਕਿ ਐਮ ਐਨ ਕੇ ਟਰਾਂਸਪੋਰਟ ਨੂੰ ਚਲਾਉਂਦੇ ਨੇ, ਇਹਨਾਂ ਦੇ ਮਾਤਾ ਪਿਤਾ ਔਰ ਇਹਨਾਂ ਦੇ ਭਾਈ ਸਾਹਿਬ ਸਾਰਾ ਕੀ ਜਿਹੜਾ ਕਿ ਅੱਜ ਦਾ ਪੰਜਵਾਂ ਸਾਲਾਨਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਵਿਤਰਨ ਹੋ ਰਿਹਾ, ਸਾਰਿਆਂ ਨੂੰ ਅੱਜ ਦੇ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਾਂ। ਐਂਟੀਕ੍ਰਿਪਸ਼ਨ ਸੋਸਾਇਟੀ ਵੱਲੋਂ ਸਾਰਿਆਂ ਨੂੰ ਅੱਜ ਦੇ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਾਂ। ਜਿਹੜਾ ਪ੍ਰਭੂ ਭੋਲੇ ਸ਼ੰਕਰ ਦੇ ਅੱਜ ਵਿੱਚ ਲੱਗਣ ਲੱਗਾ ਵਾ ਹਰ ਸਾਲ ਦੀ ਤਰ੍ਹਾਂ, ਅਤੇ ਐਂਟੀ ਕਰਪਸ਼ਨ ਵੱਲੋਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਨਿਤੀ ਰੋੜਾ ਜੀ ਨੂੰ ਉਹਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਤਰੱਕੀ ਕਰਦੇ ਰਹੇ, ਹਰ ਸਾਲ ਇੱਦਾਂ ਹੀ ਲੰਗਰ ਲੱਗਦਾ ਰਹੇ ਦਸਿਆਂ ਦੇ ਲਈ। ਜੈ ਸ਼੍ਰੀ ਭੋਲੇ, ਜੈ ਭੋਲੇ। ਹਰ ਸਾਲ ਦੀ ਤਰ੍ਹਾਂ ਐਮ ਐਨ ਕੇ ਟਰਾਂਸਪੋਰਟ ਦੇ ਉੱਤੇ ਜਿਹੜਾ ਲੰਗਰ ਦਾ ਆਯੋਜਨ ਹੁੰਦਾ, ਅੱਜ ਵੀ ਉਸੀ ਲੜੀ ਦੇ ਵਿੱਚ ਅੱਜ ਦਾ ਭੰਡਾਰਾ ਭੋਲੇ ਸ਼ੰਕਰ ਜੀ ਨੂੰ ਸਮਰਪਿਤ, ਸ਼ਿਵਰਾਤਰੀ ਨੂੰ ਸਮਰਪਿਤ ਇਹ ਲਗਾਇਆ ਜਾ ਰਿਹਾ। ਮੈਂ ਆਪਣੇ ਵੱਲੋਂ, ਆਪਣੀ ਸੁਸਾਇਟੀ ਐਂਟੀ ਕਰਪਸ਼ਨ ਸੁਸਾਇਟੀ ਵੱਲੋਂ ਨਿਤੀਸ਼ ਜੀ ਨੂੰ ਅਤੇ ਉਹਨਾਂ ਦੇ ਬ੍ਰਦਰ ਨੂੰ, ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ ਦੇਣਾ। ਭੋਲੇ ਸ਼ੰਕਰ ਅੱਗੇ ਇਹੀ ਪਰਮਾਤਮਾ ਅੱਗੇ ਅਰਦਾਸ ਕਰਦਾ, ਇਹਨਾਂ ਨੂੰ ਦਿਨ ਦੋਨੇ ਰਾਤੀ ਚੁੱਪਣੀ ਤਰੱਕੀ ਦੇਣ ਔਰ ਇਸ ਤਰ੍ਹਾਂ ਹੀ ਮਹਾਰਾਜ ਦੀ ਸੇਵਾ ਕਰਦੇ ਰਹਿਣ। ਜੈ ਭੋਲੇ ਨਾਥ।